ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ, ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਅੱਜ ਤੀਜਾ ਦਿਨ ਹੋ ਗਿਆ, ਪਰਸੋਂ ਤੁਰੇ ਤੇ ਆ ਨਾ, ਤੁਸੀਂ ਦੇਖਿਆ ਪਿੱਛੇ ਬਾਰਡਰ ਬੂਡਰ 'ਚ ਕਾਫੀ ਸੀ, ਮੰਨ ਲਓ ਰੌਲਾ ਜਿਹਾ ਪਿਆ ਤਾਂ ਉਹਦੇ ਕਰਕੇ ਵਿੱਚ ਨੂੰ ਸ਼ਹਿਰ ਦੇ ਵਿੱਚ ਨੂੰ ਕੱਢ ਕੇ ਪਹੁੰਚੇ। ਹੁਣ ਬੀਕਾਨੇਰ ਦੇ ਕੋਲ ਬਸ ਪਹੁੰਚਣੇ ਵਾਲੇ ਹੀ ਆ। ਰਾਤ ਇੱਥੇ ਢਾਬਾ ਵਧੀਆ ਮਿਲ ਗਿਆ, ਤਾਂ ਰੋਟੀ ਪਾਣੀ ਵਧੀਆ ਮਿਲਿਆ, ਇੱਥੇ ਖਾ ਕੇ ਰੋਟੀ ਐਨ ਰੈਸਟ ਕਰੀ ਨਜ਼ਾਰੇ ਦੀ। ਉਹਦੇ ਬਾਅਦ ਰਾਤ ਨਾ ਮਸ਼ੀਨ ਨੇ ਤੰਗ ਕਰੇ, ਇਹਨੇ ਪਤਾ ਨਹੀਂ ਕਿਆ ਇਹੋ ਜਿਹਾ ਟਿੱਕੋ ਲਾਗਤਾ, ਇਹੋ ਜਿਹਾ ਭੂਤ ਟੱਕਰਿਆ ਸਾਨੂੰ ਰਾਸਤੇ ਦੇ ਵਿੱਚ। ਕੋਈ ਇਹਨੇ 71 ਤੋੜ ਤੇ, ਤੋੜ ਕੇ 71 ਪਾਈ, ਉਹ ਵੀ ਖਰਾਬ ਕਰਤੀ। ਤੁਹਾਡਾ ਆਪਣਾ ਇਹਦੇ ਸਾਡੇ ਵਾਲਾ ਤੋੜਦਾ ਚੌਂਕ ਆ, ਬੈਲਟਾਂ ਦੋ ਖਤਮ ਕਰਤੀਆਂ, ਪੰਜਾਬ ਦੇ ਮਸ਼ੀਨ ਚੱਲ ਗਏ ਆਈ ਆ, ਉਹ ਕਿਸੇ ਨੇ ਕੋਈ ਬੈਲਟ ਨੀ ਤੋੜੀ ਮਸ਼ੀਨ ਨੇ, ਹੈਨਾ, ਘੱਟੋ ਘੱਟ 3-4 ਕਿਲੋਮੀਟਰ ਆਈ ਉਹ ਆ, ਰਾਤ ਪਤਾ ਨੀ ਗਿਆ ਚੱਕਰ ਹੋਇਆ। ਨਾਟੀ ਪਾਤੀਆਂ ਬਾਈ, ਹਾਂ ਨਾਟੀ ਬਾਈ ਪੈਗੀਆਂ ਵੀਰੇ, ਹੁਣ ਕਿਹੜੀ ਸੈੱਟ ਆ ਹੁਣ? ਹੁਣ 31.5 ਦੋਵੇਂ ਕਰਤੀ, 31 ਸੈੱਟ ਹੀ ਕਰਤਾ। ਹਾਂ ਬਾ ਠੀਕ ਆ, ਹੁਣ ਤੇਰਾ ਹਾਈ ਕਰਨਾ ਸੈੱਟ, ਹਾਈ ਹੋ ਗਿਆ ਬਾ, ਮੁੜ ਕੇ ਇਹਨਾਂ ਹਿੱਲਣਾ ਹੀ ਨਹੀਂ। ਇੱਥੋਂ ਭੂਤ ਪ੍ਰੇਤ ਦਾ ਬਾਈ ਕੋਈ ਉੱਨੀ ਕੁ ਜਗ੍ਹਾ 'ਚ, ਸਹੀ ਗੱਲ, ਸਾਡਾ ਵੀ ਤਾਂ ਪਿੱਛੇ ਤੇ ਬਸ ਸਹੀ ਆ ਰਹੇ ਆ, ਸਾਡਾ ਕਸ਼ਤੀ ਟਲ ਗਿਆ ਯਾਰ, ਕਸ਼ਤੀ ਟਲ ਗਿਆ, ਕੋਈ ਪਤਾ ਨਹੀਂ ਹੈਗਾ ਬਾਈ। ਇਹ ਨਾ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਯਾਰ ਸਾਡੇ ਕੇ ਗਲਤ ਹੋ ਗਿਆ, ਪਰ ਕਈ ਵਾਰ ਕੰਮ ਸਾਲਾ ਚੰਗਾ ਹੋ ਜਾਂਦਾ ਹੈ, ਕਈ ਵਾਰ ਜਗ੍ਹਾ ਹੀ ਕੜੀ ਹੁੰਦੀ ਬਾਈ, ਜਗ੍ਹਾ ਹੀ ਕੜੀ ਹੁੰਦੀ ਕਈ ਵਾਰ। ਹੁਣ ਆਪਾਂ ਰੋਡ ਤੇ ਚੱਲਦੇ, ਹੁਣ ਆਪਾਂ ਨੂੰ ਤਾਂ ਪਤਾ ਹੀ ਨਹੀਂ ਉਹ ਚੀਜ਼ਾਂ ਦਾ ਵੀ ਕਿਆ ਇੱਥੇ ਨਾ, ਬਿਲਕੁਲ ਲਾਗੇ ਲਾਉਣ ਕੋਈ ਪੀਰ ਪਕੰਬਰ ਹੁੰਦਾ, ਕੋਈ ਆਪਾਂ ਆਪਣੇ ਬਾਥਰੂਮ ਬੂਥਰੂਮ ਜਾ ਕੇ ਦੇਖ ਕੇ ਦੇਖਦੇ ਆ, ਹਾਂ ਨਿਕਲ ਜਾਂਦਾ ਉੱਖਣੀ ਆਪਣੇ ਆ, ਚੱਕ ਲੈ ਸੁਣ ਲਓ ਗਨ ਰਹਿੰਦੇ। ਹਾਂ ਵੀ ਹੋਰ ਸੁਦਾ ਮੂਸੇ, ਓਏ ਇਹ ਸੁਦਾ ਮੂਸੇ ਬਾਈ, ਹਾਂਜੀ ਹਾਂਜੀ, ਕਿਆ ਭਜਨ ਕਿਆ ਹੈ, ਕਿਆ ਹੈ ਸੁਦੂ ਮੂਸਾ, ਹੋ ਠੀਕ ਆ, ਹੋ ਗਿਆ ਕੰਮ ਕਿਹੜਾ ਹੋਣਾ, ਚਾਹ ਚੂ ਪੀ ਲਈ ਹੁਣ, ਚੱਲ ਕੋਈ ਨੀ ਪੀ ਲਿਆ ਚਾਹ ਵੀ, ਤੈਨੂੰ ਪਤਾ ਕੱਪ ਕਿਹੜੇ ਬੜੇ ਹੁੰਦੇ ਇਹਨਾਂ ਦੇ, ਲਓ ਜੀ ਆਹ ਢਾਬਾ ਤਾਂ ਇੱਥੇ ਰਾਤ ਕੱਟੀ ਆਈ, ਹੋਟਲ ਚ ਰੈਸਟੋਰੈਂਟ ਆ, ਇੱਥੇ ਹੀ ਡੇਰੇ ਲਾ ਲਏ ਬਾਈ ਜੀ, ਸੋਹਣਾ ਇੱਥੇ ਹੀ ਪੈ ਗਿਆ ਜੀ, ਰੋਟੀ ਪਾਣੀ ਬਾਈ ਜੀ ਬਹੁਤ ਵਧੀਆ ਖਿਲਾਇਆ ਬੰਦਿਆਂ ਨੇ, ਰੇਟ ਵੀ ਜਾਇਜ਼ ਦਾ ਜੀ। ਉੱਠ ਕੇ ਟਾਈਮ ਹੋਇਆ ਨਹੀਂ ਹਲੇ, ਕਿਆ ਹਾਲ ਆ, ਠੀਕ ਆ, ਬਹੁਤ ਹਾਕਾਂ ਮਾਰੀਆਂ ਸ਼ਹਿਰ ਨੂੰ ਯਾਰ, ਤੁਸੀਂ ਬਹੁਤ ਲੇਟ ਕੰਮ ਕਰਤਾ ਜੇ, ਹੋਰ ਇੱਦਾਂ ਲੱਗਿਆ ਹੋਇਆ ਤਿਆਰੀ ਖਿੱਚਣ ਸਮਾਨ ਦੀ। ਜਲਦੀ ਇੱਧਰ ਭੱਠੀਆਂ ਮਾਰੋ ਮਾਰੀ, ਹੋਰ ਵੀ ਅੜੀ ਕਿਵੇਂ ਆ, ਮੇਰਾ ਮਤਲਬ ਅੱਛਾ ਠੀਕ ਆ ਠੀਕ ਆ,
ਵਧੀਆ ਚੱਲਦਾ ਕੰਮ ਮਾਰੋ ਮਾਰ ਹੋਰ ਰਾਤ ਪ੍ਰੋਗਰਾਮ ਤਾਂ ਹੋ ਰਿਹਾ ਵਾਲੀ ਦੁਕਾਨ ਤੇ ਲਿਆ ਏ ਟਰਾਲੀਆਂ ਬਣਦੀਆਂ ਇਹਨਾਂ ਦੀ ਬਿਲਡਿੰਗ ਪੱਕੀ ਹੁੰਦੀ ਹੈ ਨਾ ਬਿਲਡਿੰਗ ਦੁਕਾਨਾਂ ਤਾਂ ਹੋਰ ਵੀ ਬਹੁਤ ਮਿਲਣਗੀਆਂ ਪਰ ਜਿਹੜੀ ਟਰਾਲੀ ਵਾਲਿਆਂ ਕੋਲ ਬਿਲਡਿੰਗ ਸੈੱਟ ਹੁੰਦਾ ਨਾ ਬੜੇ ਹੁੰਦੇ ਆ ਇਹ ਸਪੋਰਟ ਬਾਈ ਰਾਤ 20 ਕਿਲੋਮੀਟਰ ਪਿੱਛੇ ਟੁੱਟ ਗਈ ਸੀ ਅਸੀਂ ਧੱਕਾ ਧੁੱਕਾ ਕਰਕੇ ਲੈ ਆਏ ਮੈਂ ਕਿਹਾ ਹੁਣ ਰਾਤ ਨੂੰ ਤਾਂ ਹੱਲ ਵੀ ਕੋਈ ਨਹੀਂ ਆ ਚਲੋ ਬਾਈ ਨੇ 500 ਦਾ ਸਰੀਆ ਬਣਾ ਕੇ ਜੂ ਲਾਊਗਾ ਪੱਕਾ ਜਿੰਦਾ ਲੱਗ ਜੂਗਾ ਬਾਕੀ ਟਰਾਲੀਆਂ ਬਣਾਉਂਦਾ ਜਿਹੜਾ ਵੀਰ ਆਪਣਾ ਹੈ ਵੀ ਇਹ ਪੰਜਾਬੀ ਆ ਬਾਈ ਖੜਿਆ ਛਤਰਗੜ੍ਹ ਰਾਜਸਥਾਨ ਦੇ ਵਿੱਚ ਬਾਕੀ ਵਿਸ਼ਾਲ ਮਸ਼ੀਨ ਉਹ ਗਾਹਾਂ ਖੜੀ ਆ ਉਹਦੀ ਬੈਲਟਾਂ 71-75 ਪਤਾ ਨਹੀਂ ਉਹਨੂੰ ਕੀ ਹੋ ਗਿਆ ਚੰਗੀ ਭਲੀ ਆਈ ਆ ਪਿੱਛੇ ਤੇ ਉਹਨੇ ਅੱਜ ਰਾਤ ਪਹਿਲਾਂ 2 ਬੈਲਟਾਂ ਤੋੜੀਆਂ ਹੁਣ ਇੱਕ ਫਿਰ ਟੱਪਾ ਜਿਹਾ ਮਾਰਦੀ ਆ ਮਸ਼ੀਨ ਉਹਨੂੰ ਦੇਖਣੀ ਆ ਉਹ ਵੀ ਕਾਹਤੇ ਮਾਰਦੀ ਆ ਗਾਹਾਂ ਲੈ ਗਈ ਉਹ ਤਾਂ ਗਾਹਾਂ ਲੰਘ ਗਏ ਆਪਾਂ ਬਿਲਡਿੰਗ ਵਾਲੇ ਦੇ ਖੜਾ ਕੇ ਉਰੇ ਹੈ ਨਾ ਮੈਂ ਕਿਹਾ ਵੀ ਬਿਲਡਿੰਗ ਕਰਾਓ ਯਾਰ ਜ਼ਰੂਰੀ ਆ ਨਾ ਸਪੋਰਟ ਬਾਈ ਧੜਕਾ ਜਿਹਾ ਮਾਰਦੀ ਆ ਨਾ ਕਿਤੇ ਘੱਟ ਹੀ ਉਧਰ ਦੇ ਚੜ੍ਹਾਈ ਜੀ ਤਾਂ ਕਿਤੇ ਜਾ ਕੇ ਧੜਕਣ ਜੀ ਹੁੰਦੀ ਆ ਮੈਂ ਕਿਹਾ ਨਹੀਂ ਬਾਈ ਭਜਨ ਬਾਈ ਕਰਾਓ ਬਿਲਡਿੰਗ ਬਾਕੀ ਆ ਲੋਗੋ ਦੇਖ ਕੇ ਬਾਈ ਆਪਣੇ ਹੈ ਨਾ ਰਾਜਸਥਾਨ ਦੇ ਵਿੱਚ ਵੀ ਬਾਈ ਕਈ ਵੀਰ ਮਿਲੇ ਇਹ ਲੋਗੋ ਦੇ ਪਛਾਣ ਕਰ ਲੈਣੇ ਵੀ ਉਹਨਾਂ ਵਾਲੀ ਉਹ ਮਸ਼ੀਨ ਆ ਇਹ ਬਾਈ ਨੇ ਮੈਂ ਸਰੇ ਲਾ ਲੈਣਾ 500 ਦਾ ਸਰੀਏ ਲਾ ਲੈਣਾ ਬੈਟਰੀਆਂ 'ਚ ਪਾਣੀ ਘੱਟ ਤਾਂ ਮਸ਼ੀਨ ਸਟਾਰਟ ਨਹੀਂ ਹੁੰਦੀ ਮਾੜਾ ਮਾੜਾ ਹੀ ਪਾਈ ਬਾਈ ਬਸ ਆਪਰੇਟਰਾਂ ਜੀ ਢਕੀ ਜਾਣ ਹਾਂ ਭਜਨ ਬਾਈ ਅੱਜ ਤਾਂ ਬੈਗ ਫੇਰ ਪਾ ਲਿਆ ਹੈ ਚਲੋ ਮਿਲਦੇ ਹਾਂ ਬਿਲਡਿੰਗ ਕਰਾ ਕੇ ਤੋੜਦੀਆਂ ਮਸ਼ੀਨਾਂ ਸਪੋਰਟ ਬਿਲਡਿੰਗ ਕਰਾ ਕੇ ਹੁਣ ਛਤਰਗੜ੍ਹ ਪਾਰ ਕਰਤਾ ਉਹ ਜਾਂਦੀਆਂ ਮੂਹਰੇ ਵਿਸ਼ਾਲ ਆਪਣੇ ਵਾਲੀ ਰਾਣੀ ਜਾਂਦੀ ਆ ਭੰਗੜੇ ਪਾਉਂਦੀ ਜਾਂਦੀ ਆ ਪੂਰੇ ਇੰਜਣ ਦੀ ਆਵਾਜ਼ ਦੇਖ ਲਓ ਜਮਾਂ ਸੱਤਾ ਪੇ ਚੱਲਦਾ ਬਾਈ ਲਾ ਲੈਂਦਾ ਹੀ ਯਾਰ ਆ ਗਏ ਆਪਾਂ ਹੁਣ ਰੇਤੇ ਦੇ ਡਿੱਬਿਆਂ ਜੰਗਲਾਂ 'ਚ ਬੈਠੇ ਹਾਂ ਰੇਤਾ ਦੇਖ ਲਓ ਬਾਈ ਸੜਕਾਂ ਦੇ ਕਿਨਾਰੇ ਦੇ ਵੀ ਤੁਹਾਨੂੰ ਰੇਤਾ ਹੀ ਦਿਖੂਗਾ ਬਹੁਤ ਵੱਡੇ ਵੱਡੇ ਡਿੱਬੇ ਉਹ ਸਾਹਮਣੇ ਦੇਖ ਲਓ ਲੱਗੇ ਪਏ ਕੋਟ ਚੱਲਦੇ ਹਾਂ ਰਾਜਸਥਾਨ ਦੇ ਵਿੱਚ ਅੱਜ ਵੀ ਹੈ ਨਾ ਉਹ ਜਾਂਦਾ ਫੋਰਮੈਨ ਬੈਠਾ ਵਿਸ਼ਾਲ ਵਾਲਿਆਂ ਨਾਲ ਹੁਣ ਖੜ ਗਏ ਤੇ ਮੁੰਡੇ ਕਹਿੰਦੇ ਚਾਹ ਪਾਣੀ ਪੀ ਲਈਏ ਸਾਡੀ ਮਾੜੀ ਕੱਤੀ ਫਿੱਤਰ ਬੈਲਟ ਢਿੱਲੀ ਦੀ ਮਾੜੀ ਜਿਹੀ ਲੱਗੀ ਮੈਂ ਕਿਹਾ ਮੋਲੀ ਕਿਹਾ ਲਾ ਲਾ ਹੁਣ ਚਾਬੀ ਬੰਨੇ ਟਾਇਟ ਕਰ ਲਾ ਬਾਕੀ ਆ ਮੂਹਰੇ ਵਿਸ਼ਾਲ ਦੀ ਬੈਲਟ ਟੁੱਟੀ ਦੀ ਰਾਤ ਨਾ ਇਹਦੀ ਵੀ ਸੈਟਿੰਗ ਹੋ ਗਈ ਇਹਦੀ ਵੀ ਕਰਤੀ ਰਾਤ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਭਜਨ ਬਾਈ ਗਿਆ ਸਾਡਾ ਮੈਨੇਜਰ ਗਿਆ ਹੁਣ ਦੇਖੋ ਬਾਈ ਮੈਨੇਜਰ ਦੇ ਮੈਨੇਜਰ ਸਾਹਿਬ ਦੇਖੋ ਬਈ ਪਾ ਕੇ ਪੈਰਾਂ 'ਚ ਚੱਪਲਾਂ ਮੂਹਰੀਆਂ ਉੱਪਰ ਚੜ੍ਹਾ ਕੇ ਬੈਗ ਪਾ ਕੇ ਦੂਆ ਰੌਂਦਾ ਵਾਲਾ ਪਟਾ
ਦੇਖ ਲਓ ਬਾਈ ਰਾਜਸਥਾਨ ਸਾਰੇ ਪਾਸੇ ਮੈਂ ਕਹਿੰਦਾ ਵਿੰਗੇ ਟੇਢੇ ਖੇਤਾਂ 'ਚ ਵਿਚਾਰੇ ਜਿਕਣਾ ਨਾ ਹੁੰਦੀ ਆ। ਦੇਖੋ ਪਹਾੜੀ ਪਰੇ ਕਣਕ ਬੀਜਤੀ ਬਾਈ ਨੇ, ਵੈਸੇ ਰੋਡ ਬਹੁਤ ਟੋਪ ਦਾ ਬਣਿਆ ਹੋਇਆ, ਰੋਡ ਵਾਲੀ ਚਿੰਤਾ ਨਹੀਂ ਹੈਗੀ ਹੁਣ। ਲਓ ਜੀ ਬੈਡਿੰਗ ਬੁਡਿੰਗ ਕਰਾ ਕੇ ਆ ਗਏ, ਪਹੁੰਚ ਗਏ ਰੋਡ 'ਤੇ। ਇੱਥੇ ਕਾਟੀ ਬਾਈ ਜੀ ਖੜ੍ਹੇ, ਸਤਾਰ ਜੀ ਸਾੜੇ। ਬਾਈ ਜੀ ਕਿਆ ਹਾਲ ਹੈ ਜੀ? ਬਹੁਤ ਵਧੀਆ ਜੀ। ਹੁਣ ਆਪਣਾ ਲੰਚ ਟਾਈਮ ਕਿੱਥੇ ਕਹੂੰਗਾ ਜੀ? ਬੇਸਣ ਕੱਟਾ ਖਾਣਾ ਜੀ, ਕਹਿੰਦੇ ਬੇਸਣ ਕੱਟਾ ਬਣਦਾ ਵੀ ਇੱਕ। ਹੋਰ ਉਸਤਾਦ ਜੀ, ਡਰਾਈਵਰ ਸਾਹਿਬ ਵਧੀਆ ਚਾਹੀਦਾ ਵੀਰੇ। ਆਹੋ ਆਪਣੇ ਤਾਂ ਬੇਸਣ ਮਿਲਦਾ ਨੀ ਨਾ, ਇੱਥੇ ਵਾਲਾ ਜ਼ਿਆਦਾ ਵਧੀਆ ਹੁੰਦਾ। ਨਾੜੀ ਚੱਲੀਏ ਫਿਰ। ਹਾਂ ਚੱਲੀਏ। ਲਓ ਜੀ ਤਿਆਰੀਆਂ ਖਿੱਚੀਆਂ ਪਈਆਂ। ਖੜ੍ਹੇ ਆ ਤਿਆਰ ਜੀ ਐਨ। ਹਾਂ ਜੀ ਨਿੰਦਰ ਬਾਈ ਜੀ, ਹੋ ਗਿਆ ਜੀ। ਲੈ ਵੀ ਕੱਢੇ ਦਿੱਤੀ ਬਾਈ ਆ ਪੁੜੀ, ਕਹਾਂ ਪਾ ਲੇਂਗੇ ਫਿਰ ਇੱਕ ਇਹ ਬਾਈ ਨਾ ਪਾ ਹੈਗੀ ਇੱਕ ਲੈ ਆ ਛੋਟੀ ਬੜੀ ਹੈ ਮਾੜੀ ਜੀ, ਸੈੱਟ ਜੀ ਕਰ ਲੇਂਗੇ। ਦਿਖਾੜੀ ਇੰਨੀ ਕਿੰਨੀ ਕਰ ਠੀਕ ਆ, ਕੁਛ ਨੀ ਵਿਗੜਿਆ, ਕੱਟ ਕੱਟ ਠੀਕ ਆ, ਜਾ ਕੇ ਗਾਹ ਪਾ ਲੂੰਗੇ। ਅਰ ਗੇਅਰ ਵਾਲਾ ਤਾਂ ਹਵਾ ਨਾਲ ਹਵਾ ਨਾਲ ਨਿਕਲ ਦਿੰਦੇ ਨੇ, ਇੱਥੇ ਬੋਲੀ ਜਿਹਾ ਟੁੱਟ ਗਿਆ ਆਪਾਂ ਗੇਅਰ ਤੇਲ ਕੱਢੀ ਜਾਂਦਾ ਹੁਣ। ਬਾਈ ਦਾ ਨੰਬਰ ਨਾਲ ਨਹੀਂ ਕਰੋ ਕਰਕੇ ਕੋਈ ਆ ਰੱਖੀ ਵੀਰੇ, ਸਾਹਮਣੇ ਕਰ ਰੱਖੀ ਨਾੜ ਜੇ ਤੁਸੀਂ ਸਮਾਨ ਸਾਰਾ ਫੜ ਲਈ ਤੈਨੂੰ ਕਹੇ ਆ ਨੰਬਰ ਨਾਲ ਚੱਕ ਲੈ ਇਹ ਤੋਂ। ਪਹਿਲਾਂ ਕਿੰਨੇ ਦਾ ਪਾਇਆ? 13 ਦਾ। 13 ਦਾ ਜਿਹੜਾ ਹੁਣ ਪਾਇਆ ਸਵੇਰੇ ਹੈ। ਵਾਓ ਉਹ ਡੱਕਾ ਦੇਖ ਲੈ ਯਾਰ, ਇੱਥੇ ਆ ਪਿੱਛੇ ਬੈਠ ਕਰ ਜੀ ਸਿੱਧੂ ਮੂਸੇ ਵਾਲੇ ਆ ਪਿਆ ਆ ਪਿਆ ਬਾਈ ਕਿੱਡਾ ਕੀ ਜੀ ਚਲਾ ਹੈਗਾ ਰਹਿ ਗਿਆ ਸਿੱਧੂ ਮੂਸੇ ਬਾਈ, ਕਹਦੇ ਭੱਜੇ ਆ ਕਰ ਮੜਾ ਜਾ ਸਪੀਡ ਫੜ ਲਿਆ ਕਰ ਮੜੀ, ਕਹਦੇ ਐਡਾ ਨਹੀਂ ਮੋਟਾ ਚਾਹੀਦਾ ਉਹ ਗੱਲ ਆ ਆ ਉਹ ਪਤਲਾ ਚਾਹੀਦਾ 10 ਨੰਬਰ ਦੇ ਨਾਲ ਜਿੰਨਾ ਆ ਆ ਆ ਉਹ ਕਿੱਧਰ ਗਈ ਆਪ ਆ ਕਿਹੜੀ ਮਸ਼ੀਨ ਦੀ ਹੋਊਗੀ ਟਿਮਰੀ? ਇਹ ਹਰੇ ਜੀ ਮਸ਼ੀਨ ਦੀ ਹੈ ਬਾਈ, ਇਹ ਜਿਹੜਾ ਟਰੈਕਟਰ ਟੂਟਰ ਦਾ ਹੋਣਾ ਚਾਹੀਦਾ ਜੇ ਕਿਤੇ ਲੋੜ ਮਿਲਦਾ ਵੀ ਨਹੀਂ ਰੁਪਏ ਤਾਂ ਵਧੇ ਮਿਲੂ, 30-40 ਰੁਪਏ ਦਾ ਮਿਲੂਗਾ। ਲਓ ਜੀ ਰੋਟੀ ਲਈ ਖਾ, ਲੰਚ ਟਾਈਮ ਲੱਗੇ ਜੀ ਤੁਰਨ।
ਕਿਆ ਤਿਆਰ ਮਸ਼ੀਨਾਂ ਲੋਏ ਚੱਲ ਵਿਹੜੀ ਚੱਲ ਓਕੀਆਂ ਜੀ ਮਸ਼ੀਨਾਂ ਲੰਚ ਕਰਨ ਦੇ ਬਾਅਦ ਲਾਉਂਦੇ ਅਤੇ ਰਾਤ ਪੂਰੀ ਚਲੋ ਜੀ ਚਲੋ 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 ਟਿੱਕਾ ਨਹਿਰ ਸ਼ਹਿਰ ਬਹੁਤ ਐਂਟਰੀ ਆ ਵੈ ਜੀ ਵੀ ਦੇਖਦੇ ਕਿਹੜੀ ਲੱਗਿਆ ਕੱਢਣ ਗੱਡੀ ਐਂਟਰੀ ਆ ਬਾਈ ਰੋਕ ਲੈ ਇੱਥੇ ਦੇ ਦੇਗਾ ਆਪਣਾ ਵਾ ਮਾਰ ਵਿੱਚ ਸ਼ਹਿਰ ਦੇ ਫਸ ਜਾਂਦੇ ਐਂ ਨਹੀਂ ਪਤਾ ਵੀ ਕਿੰਨੇ ਮੈਂ ਦੇਖਿਆ ਬਾਈ ਆਏ ਕਹਿੰਦੇ ਵੀ
ਪਟਾਕਾ ਨਾ ਤੋੜ ਕੇ ਦੇ ਰਹੇ ਆ। ਬਾਈ ਰਾਤ ਦੇ ਬੱਜ ਗਏ 11, ਆਪਾਂ ਹੁਣ ਬਸ ਪਹੁੰਚਣ ਵਾਲੇ ਹੀ ਆ ਆਪਣੇ ਕਿਹੜਾ ਸ਼ਹਿਰ ਆਉਣੇ ਵਾਲਾ, ਭਾਫ ਤਾਂ ਲੰਘ ਗਏ, ਹੁਣ ਕਿਹੜਾ ਆਉਣਾ ਇਹ ਭਾਫ ਤੇ ਅੱਗੇ ਯਾਰ ਉਹ ਭਲਾ ਜੀ ਨਾ ਆ ਕਿਹੜਾ ਭਜਨ ਨਹੀਂ ਨਹੀਂ ਫਲਾਉਂਦੀ, ਹਾਂ ਫਲਾਉਦੀ ਬਾਈ ਪਹੁੰਚਣੇ ਵਾਲੇ ਆ, ਬਸ ਰੋਟੀ ਖਾਧੀ ਆ ਬਾਈ ਉਹਨਾਂ ਦੇ ਸ਼ੇਰੇ ਪੰਜਾਬ ਢਾਬੇ ਤੇ ਬਰਨਾਲੇ ਵਾਲੇ ਜ਼ਿਲ੍ਹੇ ਦਾ ਢਾਬਾ, ਬਹੁਤ ਬਾਈ ਵਧੀਆ ਬੰਦਿਆਂ ਨੇ ਰੋਟੀ ਦੀ ਧੰਨ ਧੰਨ ਕਰਾਤੀ, ਮੈਂ ਕਹਿੰਦਾ ਪੁੱਛੋ ਨਾ ਕੁਛ ਨਜ਼ਾਰਾ ਦਿੱਤਾ ਲਿਆ। ਬਾਕੀ ਬਾਈ ਦੀ ਗੱਲਬਾਤ ਦਾ ਤਰੀਕਾ ਬਹੁਤ ਸੋਹਣਾ ਲੱਗਿਆ, ਬਹੁਤ ਘੈਂਟ ਗੱਲਬਾਤ ਕਰੀ ਬਾਈ ਨੇ ਨਾ, ਗੱਲਾਂ ਬਾਤਾਂ ਪੰਜਾਬੀ ਜਿਹੜੇ ਢਾਬੇ ਆ ਨਾ ਇਹ ਰੋਡ ਦੇ ਉੱਤੇ, ਮੈਂ ਕਹਿੰਦਾ ਵੀ ਟੌਪ ਦੀ ਰੋਟੀ ਪਾਣੀ ਹੈ ਨਾ, ਸਵਾਦ ਆ ਗਿਆ ਰੋਟੀ ਖਾ ਕੇ। ਵਾਕਈ ਬਾਈ ਪੰਜਾਬ ਪੰਜਾਬ ਆ ਨਾ, ਪਿੱਛੇ ਦੁਪਹਿਰੇ ਵੀ ਰੋਟੀ ਖਾਧੀ ਤਾਂ ਪੁੱਛੋ ਨਾ ਤੁਸੀਂ ਕੁਛ ਵੀ ਅੰਦਰ ਨੂੰ ਦੀ ਜਾਂਦੀ ਬੁਰਕੀ, ਚੱਲ ਮੋੜ ਲਾ। ਬਾਕੀ ਆਹ ਬਾਈ ਦਾ ਢਾਬਾ, ਹੋਰ ਬਾਈ ਕਿੱਦਾਂ, ਕਿਹੜਾ ਏਰੀਆ ਤੇਰਾ ਵੀਰੇ? ਮਲੋਟ ਬਾਜੀ ਵਾਹ, ਬਾਈ ਨੇ ਨਜ਼ਾਰਾ ਲਿਆ ਤਾ ਬਾਈ ਰੋਟੀ ਵਾਲਾ, ਮੋੜ ਲਿਆ ਉੱਥੇ ਨੂੰ ਪਰਲੇ ਪਾਸੇ ਆਉਣਾ ਮੈਂ, ਨਾ ਇੱਧਰ ਨੀ ਜਾਣਾ, ਉਹ ਪਿੱਛੇ ਲੈ ਗਿਆ ਉੱਥੇ ਨੂੰ ਕੱਟ ਨੂੰ ਮੁੜੂਗਾ ਉਹਦੇ। ਹੈਲੋ ਹੈ ਨਾ ਬਾਈ ਨੇ ਦੇਖੋ ਰਾਹ ਵੀ ਪਾਇਆ ਨਾ, ਬਹੁਤ ਪੰਜਾਬੀ ਬਾਈ ਪੰਜਾਬੀ ਉਹ ਹੁੰਦਾ, ਬਹੁਤ ਧੰਨਵਾਦ ਬਾਈਆਂ ਦਾ ਨਾ। ਬਾਕੀ ਇੱਕ ਵਾਰ ਜ਼ਰੂਰ ਬਾਈ ਦੇਖਿਓ ਢਾਬੇ ਦਾ ਮਾਹੌਲ। ਚਲੋ ਠੀਕ ਆ ਜੀ, ਮਿਲਦੇ ਹੁਣ ਕਿਸੇ ਅਗਲੀ ਵੀਡੀਓ, ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।